जी सत श्री अकाल जी। अज आपां हुण दुपहरे जे वेले हो के बैठे, थोड़ा जा फ्री हो के मैं सोचा, मैं चलो दो गल्लां करदे आं। ते हुण होया सी चाह दा टाइम, ते मैं चलो नाले वाल सुका लईए ते नाले चाह पी लईए, दो कम हो जाणगे। चाह तां लिया अरमान बना के, ते मैं तां बस हुण थोड़ा जिहा पहलां सुबह उवें बन्न बुन्न ले, वाल गिले सी, फिर पेशेंटां दा टाइम हो जांदा है ते बस फिर थोड़ा जिहा बिजी हो जाईदा। हुण वेले हो के मैं चलो नाले बाल बूल सुकाउने आ ते नाले चाह पीने आ, ते नाले थोनू कहने आ वी तुसीं वी आओ ते तुसीं वी चाह पीओ। वधिया लगदी है इस वेले जदों फ्री हो के पीने आ ना, उदों फिर बहुत स्वाद लगदी हैगी है चाह। ते अरमान कहिंदा, मम्मा मैं लियाउणा चाह बणा के, ते तुसीं चाह पी लो। बना लैंदा चाह, चू तां स्वाद बना लैंदा है, चाह तां अनमोल भी बना लैंदा। अद्धी घोट डोह लिआउंदा सारा समान, उह कहिंदा पहिलां मैनूं तुसीं चाह पत्ती ते चीनी चूनी पा के ते पाणी पा के ते दुध पा के दिओ, फिर मैं तुहानूं चाह बना के पिआऊंगा। ते आ जाओ जी सारे, तुसीं भी पी लो, देखो अरमान दी चाह बणी भी बहुत स्वाद बणाउंदा इह। ते जे अनमोल बनावे तां उह सिरा ही ला दिंदा अनमोल बणाउंदा बहुत स्वाद चाह, ਉਹ ਤਾਂ ਫਿਰ ਕੁਰਸੀ ਲਾ ਲੈਂਦਾ ਹੈ ਸਰੇਫ ਕੋਲੇ, ਤੇ ਗੈਸ ਕੋਲੇ ਜਾਂਦਾ ਤੇ ਥੱਲੇ ਰੱਖ ਲੈਂਦਾ ਕੁਰਸੀ, ਉਹ ਮੈਂ ਤਾਂ ਪਹੁੰਚਾ ਨਹੀਂ ਜਾਂਦਾ ਉਹਦੇ ਕੋਲ, ਤੇ ਫਿਰ ਉਹ ਕੁਰਸੀ ਰੱਖ ਲੈਂਦਾ ਹੈਗਾ। ਕੁਰਸੀ ਰੱਖ ਕੇ ਤੇ ਫੇਰ ਬਣਾਉਂਦਾ ਹੈਗਾ, ਫਿਰ ਕਹਿੰਦਾ ਮੈਨੂੰ ਸਾਰਾ ਸਮਾਨ ਤੁਸੀਂ ਦਿਓ, ਮੈਂ ਪਾਵਾਂ ਇਹਦੇ ਵਿੱਚ ਤੇ ਫਿਰ ਮੈਂ ਚਾਹ ਬਣਾਵਾਂ। ਮੈਂ ਉਹਨੂੰ ਕਿਹਾ ਇੰਨੇ ਚਿਰ 'ਚ ਤਾਂ ਫਿਰ ਅਸੀਂ ਆਪ ਹੀ ਬਣਾ ਲਿਆਉਂਦੇ ਹਾਂ, ਪਰ ਉਹ ਅੜੀ ਲਾ ਲੈਂਦਾ। ਜੇ ਕੌਫੀ ਵੀ ਬਣਾਉਣੀ ਤਾਂ ਵੀ ਕਹੂਗਾ ਮੈਂ ਬਣਾਊਂਗਾ, ਜੇ ਚਾਹ ਵੀ ਬਣਾਉਣੀ ਹੈ ਤਾਂ ਵੀ ਮੈਂ ਬਣਾਊਂਗਾ। ਕਈ ਵਾਰੀ ਤਾਂ ਚੱਕ ਕੇ ਰੋਟੀਆਂ ਵੇਲਣ ਲੱਗ ਜਾਂਦਾ, ਮੈਂ ਕਿਹਾ ਤੂੰ ਚੰਗਾ ਕੰਮ ਸੰਭਾਲ ਲੈਂਦਾ ਹੁੰਦਾ। ਤੇ ਬਸ ਉਹਨੂੰ ਸ਼ੌਂਕ ਹੈਗਾ। ਤੇ ਹੋਰ ਸੁਣਾਓ ਕੀ ਹਾਲੇ ਵਾਲੇ ਆ ਤੁਹਾਡੇ? ਇਹੋ ਜਿਹਾ ਹੀ ਟਾਈਮ ਲੱਗਦਾ ਜੀ ਗੱਲ ਗੁੱਲ ਕਰਨ ਦਾ, ਤਾਂ ਤੇ ਐਂ ਹੋ ਜਾਂਦਾ ਵੀ ਚੱਲ ਹੁਣ ਥੋੜ੍ਹਾ ਜਿਹਾ ਹੋਏ ਹੈ ਵਿਹਲੇ, ਤੇ ਚਲੋ 2 ਮਿੰਟ ਕਰਦੇ ਹਾਂ ਗੱਲਾਂ ਬਾਤਾਂ। ਤੇ ਚਾਹ ਪੀ ਕੇ ਹੁਣ ਬਸ ਕੰਮ ਫਿਰ ਸ਼ੁਰੂ ਹੋ ਜਾਂਦਾ, ਕੰਮ ਹੀ ਨਹੀਂ ਮੁੱਕਦੇ। ਮੈਨੂੰ ਲੱਗਦਾ ਜਿਉਂਦੇ ਜੀ ਦੇ ਤਾਂ ਮੁੱਕਦੇ ਨਹੀਂ, ਇਹ ਜਦੋਂ ਉੱਪਰ ਚਲੇ ਜਾਂਦੇ ਹਾਂ ਉਹਦੀ ਖਤਮ ਹੁੰਦੀ ਹੈ ਕਹਾਣੀ ਸਾਰੀ। ਤੇ ਮੇਰਾ ਤਾਂ ਇਸ ਵੇਲੇ ਚਾਹ ਦਾ ਟਾਈਮ ਹੋ ਜਾਂਦਾ ਜੀ, ਇਸ ਵੇਲੇ ਮੈਂ ਬਣਾ ਕੇ ਪੀਨੀ ਪੀਨੀ ਹਾਂ। ਮੈਂ ਸਵੇਰੇ ਵੀ 2 ਵਾਰੀ ਮੋੜਾ ਲਾ ਦਿੰਦੀ ਹਾਂ ਚਾਹ ਨੂੰ। ਤੁਹਾਡਾ ਚਾਹ ਦਾ ਟਾਈਮ ਕਿਸ ਵੇਲੇ ਹੁੰਦਾ ਹੈ? ਮੇਰਾ ਤਾਂ ਕੋਈ ਟਾਈਮ ਵੀ ਹੈ ਨਹੀਂ, ਬੇ ਟਾਈਮ ਹੀ ਕੰਮ ਹੈ। ਮੈਨੂੰ ਨਾ ਜ਼ਿਆਦਾ ਪੱਤੀ ਵਾਲੀ ਚਾਹ ਸਵਾਦ ਲੱਗਦੀ ਹੈ, ਜਿਹਦੇ ਪੱਤੀ ਥੋੜ੍ਹੀ ਹੁੰਦੀ ਉਹ ਨਹੀਂ ਸਵਾਦ ਲੱਗਦੀ, ਤਾਂ ਕਰਕੇ ਮੈਂ ਜ਼ਿਆਦਾ ਪੱਤੀ ਵਾਲੀ ਚਾਹ ਪੀਂਦੀ ਹਾਂ, ਫਿਰ ਵਧੀਆ ਨਸ਼ਾ ਜਿਹਾ ਖਿੜਿਆ ਰਹਿੰਦਾ ਹੈਗਾ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।